ਗੁਰਮਤੀ ਪ੍ਰਚਾਰ ਮਿਸ਼ਨ ਦੇ ਸਰਪ੍ਰਸਤ ਸੰਤ ਬਾਬਾ ਸਰਬਜੋਤ ਸਿੰਘ ਢਾਂਗੋਵਾਲਿਆਂ ਦੀ ਅਗਵਾਈ ਹੇਠ ਨਾਨਕਸਰ ਸੇਵਾ ਸੁਸਾਇਟੀ ਨਾਨਕਸਰ ਦੇ ਸਹਿਯੋਗ ਨਾਲ ਸੰਤ ਬਾਬਾ ਮੀਹਾਂ ਸਿੰਘ ਸਿਆੜ ਵਾਲਿਆਂ ਦੇ ਜਲ ਪ੍ਰਵਾਹ ਦਿਵਸ ਨੂੰ ਸਮਰਪਿਤ 6ਵਾਂ ਅੱਖਾਂ ਦਾ ਮੁਫਤ ਚੈੱਕਅਪ ਲਗਾਇਆ ਗਿਆ, ਜਿਸ ਦਾ ਉਦਘਾਟਨ ਇੰਸਪੈਕਟਰ ਜਸਪਾਲ ਸਿੰਘ ਢਾਲੀਵਾਲ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਸੰਤ ਬਾਬਾ ਸਰਬਜੋਤ ਸਿੰਘ ਢਾਂਗੋਵਾਲੀਆ ਦਾ ਸ਼ਲਾਘਾਯੋਗ ਉਪਰਾਲਾ ਹੈ। ਸ੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਜੀ ਮਹਾਰਾਜ ਸਿਆੜ ਸਾਹਿਬ ਵਾਲਿਆਂ ਦੇ ਪਵਿੱਤਰ ਯਾਦ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਗੁਰਮਤ ਪ੍ਰਚਾਰ ਮਿਸ਼ਨ ਰਜਿਸਟਰਡ ਵੱਲੋਂ ਨਾਨਕਸਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਜੋ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ, ਇਸ ਵਿੱਚ ਸੰਸਥਾ ਵੱਲੋਂ ਨਾਨਕਸਰ ਦਰਬਾਰ ਡਾਂਗੋ ਵੱਲੋਂ ਫ੍ਰੀ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ। ਔਰ ਸਮੁੱਚੀ ਸੰਗਤ ਨੂੰ ਪੁਰਜ਼ੋਰ ਅਪੀਲ ਹੈ ਕਿ ਜਿਵੇਂ ਅੱਗੇ ਆਪ ਜੀ ਕਿਰਪਾ ਕਰਦੇ ਆਇਓ, ਸਾਡਾ ਦਸਰਿਆਂ ਦਾ ਸਾਥ ਦਿੰਦੇ ਆਇਓ, ਅੱਗੇ ਵਾਸਤੇ ਵੀ ਆਪ ਜੀ ਤੋਂ ਆਸ ਰੱਖਦੇ ਹਾਂ, ਕਿਉਂਕਿ ਲੋਕ ਭਲਾਈ ਦੇ ਕੰਮ, ਧਰਮ ਪ੍ਰਚਾਰ ਦੀ ਲਹਿਰ ਜੋ ਵੀ ਸੰਸਥਾ ਵੱਲੋਂ ਚਲਾਈ ਜਾਂਦੀ ਹੈ, ਗੁਰੂ ਦੀ ਕਿਰਪਾ ਨਾਲ ਆਪ ਜੀ ਦੇ ਪੂਰਨ ਸਹਿਯੋਗ ਦੀ ਲੋੜ ਹੈ। ਇਸੇ ਤਰ੍ਹਾਂ ਆਪ ਸਹਿਯੋਗ ਦਿੰਦੇ ਰਹੋਗੇ। ਗੁਰਮਤਿ ਪ੍ਰਚਾਰ ਸੰਸਥਾ ਡਾਂਗੋ ਵੱਲੋਂ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਮੀਹਾਂ ਸਿੰਘ ਦੀ ਯਾਦ ਨੂੰ ਸਮਰਪਿਤ ਜਿਹੜੇ ਲੋਕ ਭਲਾਈ ਦੇ ਕੰਮ ਸਮੇਂ ਸਮੇਂ 'ਤੇ ਕੀਤੇ ਜਾਂਦੇ ਆ, ਉਸੇ ਲੜੀ ਦੇ ਤਹਿਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵੱਲੋਂ ਅੱਜ ਡਾਂਗੋ ਵਿਖੇ ਜਿਹੜਾ ਅੱਖਾਂ ਦਾ ਫ੍ਰੀ ਕੈਂਪ ਲਾਇਆ ਗਿਆ, ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਬਾਬਾ ਜੀ ਨੇ ਇੱਥੇ ਜਿਹੜੇ ਹੈਗੇ ਆ ਕੈਂਪ ਦੌਰਾਨ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ, ਫ੍ਰੀ ਐਨਕਾਂ ਔਰ ਫ੍ਰੀ ਮੈਡੀਸਨ ਵਗੈਰਾ ਜਿਹੜੇ ਹੈਗੇ ਆ ਉਹ ਪਬਲਿਕ ਨੂੰ ਦਿੱਤੇ ਜਾਣਗੇ, ਔਰ ਬਹੁਤ ਵਧੀਆ ਕੰਮ ਹੈ। ਇਸ ਵਿੱਚ ਜਿਹੜਾ ਹੈਗਾ ਸਾਡੇ ਆਮ ਲੋਕਾਂ ਦੇ ਸਹਿਯੋਗ ਦੀ ਗੱਲ ਹੈ, ਔਰ ਸਾਰੇ ਲੋਕਾਂ ਨੂੰ ਇਹੋ ਜਿਹੇ ਨੇਕੀ ਦੇ ਕੰਮਾਂ ਵੱਲ ਜਿਹੜਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਔਰ ਸਭ ਤੋਂ ਅੱਗੇ ਆਉਣਾ ਚਾਹੀਦਾ ਔਰ ਬਾਬਾ ਜੀ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ। ਲੁਧਿਆਣਾ ਤੋਂ ਰਾਕੇਸ਼ ਗਰਗ ਦੀ ਰਿਪੋਰਟ, ਚੈਨਲ 2।